ਹੈਲੋ, ਸਤਿ ਸ਼੍ਰੀ ਅਕਾਲ। ਅੱਛਾ ਅੱਛਾ, ਇੱਕ ਇਨਫੋਰਮੇਸ਼ਨ, ਮੈਂ ਤੁਹਾਡਾ ਟੂ ਵੀਲਰ ਆਇਆ ਪਰ ਇਧਰਲੇ ਪਾਸੇ ਰੇਟ ਦਾ ਕੋਈ ਫਰਕ ਨਹੀਂ ਸੇਲਮੈਨ ਨਹੀਂ ਸੇਲਮੈਨ ਜੀ ਆਇਓ, ਇੱਕ ਮਿੰਟ ਉਰੇ ਆਓ, ਉਰੇ ਆ ਯਾਰ, ਉਰੇ ਆਓ। ਹਾਂਜੀ ਸੁਣੋ ਗੱਲ, ਇੱਕ ਤੁਸੀਂ ਜਿਹੜੀ ਕੈਰੇਜ ਲੈ ਰਹੇ ਹੋ ਨਾ, ਫੜ ਜਾਓ ਇਹ ਕੰਮ ਕਰਨ ਤੋਂ। ਇੱਕ ਗੱਡੀ ਦੇ ਉੱਤੇ 10,000 ਰੁਪਿਆ ਸ਼ਾਇਦ ਕੈਰੇ ਠੋਕ ਰਹੇ ਹੋ, ਵੱਧ ਜੀ ਕਈ ਵੱਧ ਲਾਉਂਦੇ ਜੀ। ਇੱਕ ਮਿੰਟ ਯਾਰ, ਸਾਡੇ ਕੋਲ ਸਾਰਾ ਕੁਛ ਆ, ਅਸੀਂ ਤਾਂ ਤੁਰਿਆ ਜਦੋਂ ਤੁਹਾਡੀ ਠੱਗੀ ਅਥੈਂਟਿਕ ਹੋ ਗਈ, ਚੈੱਕ ਕਰ ਲਿਆ ਨਾ, ਤੁਸੀਂ ਠੱਗੀ ਮਾਰ ਦਿਓ। ਮੈਂ ਤਾਂ ਤੁਹਾਡੇ ਵੱਲ ਤੁਰਿਆ ਵੀ, ਅਸੀਂ ਸਰਕਾਰੀ ਦਫ਼ਤਰਾਂ 'ਚ ਵੜੇ ਰਹਿੰਦੇ ਹਾਂ, ਪ੍ਰਾਈਵੇਟ ਵਾਲਿਆਂ ਨੂੰ ਵੀ ਫੜ ਲਈਏ ਜਾ ਕੇ। ਇਹ ਕੀ ਕਰਦੇ ਆ, 3,000-3,000 ਰੁਪਇਆ ਮੋਟਰਸਾਈਕਲ ਦੀ ਆਰਸੀ, 4,000-4,000 ਇੱਧਰ ਲਿਸਨ ਮੀ, 4,000-4,000 ਰੁਪਇਆ ਮੋਟਰਸਾਈਕਲ ਦੀ ਆਰਸੀ ਦਾ ਵੱਧ। ਮੈਂ ਤੁਹਾਡੇ ਇਕੱਲੇ ਨਹੀਂ ਆ, ਮੈਂ ਸ਼ਹਿਰ ਦੇ ਫਿਰੋਜ਼ਪੁਰ ਰੋਡ ਤੋਂ ਸਟਾਰਟ ਕੀਤਾ ਹੈ, ਸਰਵਪ੍ਰਿਆ, ਦੈਨ ਉਦੋਂ ਅੱਗੇ ਉਹ ਆ ਗਿਆ ਲਿਬਰਾ, ਉਦੋਂ ਅੱਗੇ ਆ ਗਿਆ ਲਕਸ਼ਮੀ, ਦੈਨ ਆ ਗਿਆ ਕ੍ਰਿਸ਼ਨਾ, ਆ ਕਲਸੀ, ਗੁਲਜ਼ਾਰ। ਤੁਸੀਂ ਹਟ ਜਾਓ, ਅਸੀਂ ਨਾ ਇੱਥੇ ਧਰਨੇ ਤੇ ਬਹਿ ਜਾਣਾ ਤੇ FIR ਤੁਹਾਡੇ ਤੇ ਦਰਜ ਕਰਾਵਾਂਗੇ। ਕਾਰਡੇ ਲੈਣੇ ਹੋ ਕਿ ਨਹੀਂ ਲੈਂਦੇ ਗੱਡੀ ਦੀ, ਦੱਸੋ ਕੋਟੇਸ਼ਨ ਮੰਗਵਾਈ ਹੋਈ ਹੈ। ਆ ਤੁਹਾਡੀ ਕੋਟੇਸ਼ਨ ਦਾਦਾ ਮੋਟਰ, ਇੱਕ ਮਿੰਟ ਠਹਿਰ ਜਾ ਯਾਰ, ਤੁਹਾਡੀ ਇੱਕੋ ਗੱਲ ਆ, ਉੱਥੇ ਵੀ ਫੰਡਾ ਇਹੀ ਆ ਤੇ ਇੱਥੇ ਵੀ ਇਹੀ ਆ। ਆਰਸੀ ਦੀ ਕੀਮਤ ਬਣਦੀ ਹੈਗੀ ਆ ਲੈਣੀ ਤੁਹਾਨੂੰ 42,166 ਰੁਪਏ, ਲੈਂਦੇ ਹੋ ਤੁਸੀਂ 49,000 ਰੁਪਇਆ, ਕਿੰਨੇ ਵੱਧ ਹੋਏ? 7,000 ਰੁਪਇਆ ਇੱਕ ਕੈਰੇਜ ਕਿੰਨੀ ਲੈਂਦੇ ਹੋ? ਕੈਰੇਜ ਕਿੱਥੇ ਲਿਖੀ? 55,000। ਆ ਦੇਖੇ ਇੱਧਰ ਆ ਗਿਆ ਲੋਜਿਸਟਿਕ ਕੈਰੇਜ, 5,500 ਰੁਪਏ ਲੱਗ ਲਿਆ ਤੁਸੀਂ। ਇਹ ਕਾਹਦਾ? 4,000 ਲੈਣੇ ਬਣਦੇ ਆ, 42,166 ਤੁਸੀਂ ਲੈ ਰਹੇ ਹੋ, 49,100 ਰੁਪਇਆ। ਇੱਥੇ ਵੀ ਇਹੀ ਆ, ਇੱਥੇ ਵੀ ਦੱਸਦੇ ਤੁਹਾਡਾ ਬਿੱਲ ਜੇ ਮੂਰੇ ਕੱਢ ਲਿਆ ਤੁਹਾਡੇ ਵਾਲਾ, ਫੇਰ ਫਿਰ ਸ਼ੋਰੂਮ ਦੇ ਅਸੀਂ ਕੈਰੀ ਕਿਵੇਂ ਦੇ ਦਈਏ ਤੁਹਾਨੂੰ? ਮੈਂ ਤੁਹਾਡੀ ਏਜੰਸੀ ਕੈਂਸਲ ਕਰਾ ਦੂੰ, ਉੱਥੇ ਵੀ ਲਿਆ ਕੇ ਝੱਜੂ ਪਾ ਦੂੰ, ਟਾਟਾ ਦੇ ਲਿਜਾ ਕੇ, ਮਹਿੰਦਰਾ ਤੇ ਟਾਟਾ ਦੋਨਾਂ ਦੇ ਉੱਥੇ ਝੱਜੂ ਪਾ ਦੂੰ ਲਿਜਾ ਕੇ ਸਾਰੇ ਲੋਕਾਂ ਨੂੰ। ਇੱਕ ਗੱਡੀ ਚੋਂ ਕਮਾਈ ਖਾਣ ਤੋਂ ਬਿਨਾ 15,000 ਰੁਪਇਆ ਠੱਗਾ,
ਇਹਨਾਂ ਤੋਂ ਪੁੱਛ ਲਓ ਤੁਸੀਂ ਫਰਸ਼ ਤੋਂ ਅਰਸ਼ ਤੇ ਚਲੇਗਾ ਨੀਤ ਨਹੀਂ ਰੱਜੀ ਹਜੇ ਤੱਕ ਮੈਂ ਸਾਹਿਬ ਲਾਈਵ ਇਹਨਾਂ ਤੋਂ ਕੋਟੇਸ਼ਨ ਲੈ ਲਓ ਲਿਆਓ ਲਿਆਓ ਆਓ ਮੈਂ ਤੁਹਾਡੀ ਇੱਕ ਮਿੰਟ ਯਾਰ ਤੂੰ ਰੁਕ ਜਾ ਮੈਂ ਨਾ ਇੱਕ ਨਹੀਂ ਤੁਹਾਡੀਆਂ ਸੈਂਕੜੇ ਉਦਾਹਰਣਾਂ ਗੱਡੀਆਂ ਸੋਲਡ ਕੀਤੀਆਂ ਹੋਈਆਂ ਲਿਆ ਕੇ ਖੜੀਆਂ ਕਰ ਦੇਣੀਆਂ ਸਵੇਰੇ ਜਵਾਬ ਦਿਓਗੇ ਫਿਰ ਹੁਣ ਤਾਂ ਤੁਸੀਂ ਲਿਆਓ ਲਿਆਓ ਕਹਿੰਦੇ ਹੋ ਮੈਂ ਉਸੇ ਸ਼ਹਿਰ ਦਾ ਵਾਸੀ ਹਾਂ ਜਿੱਥੇ ਇੱਕ ਲੋਕ ਸੰਗਤ ਨੂੰ ਆਵਾਜ਼ ਮਾਰੂੰਗਾ ਤੇ 100 ਨਹੀਂ 200 ਇਕੱਠੇ ਹੋ ਕੇ ਆ ਜਾਣਗੇ ਤੇ ਸਾਰਿਆਂ ਦੇ ਦੁਆਉਂ ਪੈਸੇ ਵਾਪਸ ਲਿਖ ਕੇ ਦੇ ਇੱਥੇ ਕੈਰੀ ਨਹੀਂ ਗਾਹ ਤੋਂ ਲੈਣੀ ਤੂੰ ਮੈਨੇਜਰ ਹੈਗਾ ਲਿਖ ਇੱਥੇ ਵੀ ਕੈਰੀ ਨਹੀਂ ਲੈਣੀ ਐਂਡ 8% ਤੁਸੀਂ ਲੈਣਾ ਤੇ 770 ਰੁਪਏ ਪਲੱਸ ਲੈਣੇ ਤੂੰ ਯਾਰ ਮੇਰੀ ਗੱਲ ਸੁਣ ਲਾ ਪ੍ਰਾਈਸ ਲਿਸਟ ਬਾਅਦ ਚ ਦਿਖਾਈ ਤੁਹਾਡਾ 8% ਆ 35 ਲੱਖ ਤੋਂ ਥੱਲੇ ਦੀ ਗੱਡੀ ਆ ਤੁਹਾਡੀ ਇਸ ਸ਼ੋਰੂਮ ਚ ਅਬਵ 35 ਲੱਖ ਤਾਂ ਨਹੀਂ ਹੈਗੀ ਅੰਡਰ 35 ਲੱਖ ਯੂ ਹੈਵ ਟੂ ਚਾਰਜ ਓਨਲੀ 8% ਪਲੱਸ 77 0 770 ਰੁਪਏ ਤੁਸੀਂ ਨਾਲ ਲੈਣੇ ਠੀਕ ਹੈ ਸਰ ਠੀਕ ਹੈ ਜੀ 8% ਪਲੱਸ 770 ਨੋ ਇਹ ਨਹੀਂ ਕੈਰੇਜ ਠੀਕ ਹੈ ਠੀਕ ਹੈ ਮੈਂ ਸਵੇਰੇ ਦੁਬਾਰਾ 2-4 ਦਿਨ ਵੇਖੀ ਰੱਖਣੀ ਆ ਜੇ ਕੈਰੇਜ ਤੁਸੀਂ ਬ੍ਰਦਰ ਲਈ ਇੱਕ TCS ਲੈ ਰਹੇ ਆ 1% 10 ਲੱਖ ਤੋਂ ਉੱਪਰ ਦੀ ਗੱਡੀ ਉਹ ਤਾਂ ਸਰ ਗਵਰਨਮੈਂਟ ਦਾ ਹੈਗਾ ਸਰ ਉਹ 10 ਲੱਖ ਤੋਂ ਉੱਪਰ ਦੀ ਗੱਡੀ TCS ਹੈ ਠੀਕ ਹੈ ਸਰ ਯੂਅਰ ਗੁੱਡ ਨੇਮ ਨਿਤਿਨ ਜੀ ਤੁਸੀਂ ਸਾਡੇ ਸ਼ਹਿਰ ਵਾਸੀਆਂ ਤੇ ਦਇਆ ਕਰੋ ਤੁਸੀਂ ਤਨਖਾਹ ਦਾ ਮੁਲਾਜ਼ਮ ਨੂੰ ਲੋਕਾਂ ਨੂੰ ਲੁੱਟੋ ਨਾ ਜੀ ਸਰ ਜੋ ਤੁਹਾਡਾ ਐਕਚੁਅਲ ਬਣਦਾ ਜੋ ਕੰਪਨੀ ਤੁਹਾਨੂੰ ਕਮਿਸ਼ਨ ਪਰਸੈਂਟੇਜ ਦਿੰਦੀ ਆ ਉਹਦੇ ਤੇ ਵਧੀਆ ਭਗਵਾਨ ਦਾ ਸ਼ੁਕਰੀਆ ਅਦਾ ਕਰੋ ਜੀ ਸਰ ਕੈਰੇਜ ਐਂਡ 8% ਪਲੱਸ 770 ਇਦੋਂ ਵੱਧ ਪੈਸਾ ਨਾ ਲਿਓ ਠੀਕ ਹੈ ਸਰ ਠੀਕ ਹੈ ਸਾਨੂੰ ਮਜਬੂਰ ਨਾ ਕਰਿਓ ਵੀ ਅਸੀਂ ਇੱਥੇ ਆ ਕੇ ਤੁਹਾਡਾ ਜਲੂਸ ਕੱਢ ਕੇ ਜਾਈਏ ਨਹੀਂ ਨਹੀਂ ਸਰ ਕਿਸੇ ਨੂੰ 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 ਕਿਸੇ ਨੂੰ